ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਵਾਰ ਫੀਲਡ ਦੇ ਵਿੱਚ ਆਮ ਹੀ ਨਵੇਂ ਪਸ਼ੂ ਪਾਲਕਾਂ ਦੇ ਸਵਾਲ ਹੁੰਦਾ ਹੈ ਕਿ ਪਸ਼ੂਆਂ ਦਾ ਸਹੀ ਗਰਭਕਾਲ ਬਾਰੇ ਦੱਸੋ ਜੀ ਕਿ ਅਲੱਗ-ਅਲੱਗ ਪਸ਼ੂਆਂ ਦਾ ਜਿਹੜਾ ਗਰਭਕਾਲ ਹੈ ਉਹਦੇ ਟਾਈਮਿੰਗ ਨੂੰ ਲੈ ਕੇ ਬਹੁਤ ਸਾਰੇ ਪਸ਼ੂ ਪਾਲਕ ਉਹ ਗੀਰਾਂ ਦੇ ਵਿੱਚ ਬੜੀ ਕਨਫਿਊਜ਼ਨ ਰਹਿੰਦੀ ਹੈ ਕਿ ਕਿਹੜੇ ਪਸ਼ੂ ਦਾ ਗਰਭਕਾਲ ਕਿੰਨਾ ਹੁੰਦਾ ਜੀ ਅੱਜ ਆਪਾਂ ਗੱਲ ਕਰਾਂਗੇ ਜੀ ਪਸ਼ੂਆਂ ਦੇ ਗਰਭਕਾਲ ਬਾਰੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਜੀ ਗਰਭਕਾਲ ਹੁੰਦਾ ਕੀ ਹੈ ਪਸ਼ੂ ਦੀ ਏਆਈ ਕਤ੍ਰਿਮ ਗਰਭਾਦਾਨ ਜਾਂ ਨੈਚੁਰਲ ਮੀਟਿੰਗ ਤੋਂ ਲੈ ਕੇ ਪਸ਼ੂ ਦੇ ਪ੍ਰਸਵ ਤੱਕ ਦਾ ਜਿਹੜਾ ਸਮਾਂ ਹੁੰਦਾ ਜੀ ਉਹਨੂੰ ਆਪਾਂ ਗਰਭ ਅੱਜ ਆਪਾਂ ਗੱਲ ਕਰਾਂਗੇ ਅਲਗ-ਅਲਗ ਪਸ਼ੂਆਂ ਦੇ ਗਰਭਕਾਲ ਬਾਰੇ ਜੀ ਸ਼ੁਰੂਆਤ ਕਰਦੇ ਹਾਂ ਤੁਧਾਰੂ ਪਸ਼ੂਆਂ ਤੋਂ ਗੋਵਾਂਸ਼ ਤੋਂ ਜੀ ਗੋਵਾਂਸ਼ ਦਾ ਜਿਹੜਾ ਔਸਤ ਗਰਭਕਾਲ ਦੀ ਲੈਂਥ ਹੈ ਜੀ ਇਹ 280 ਦਿਨ ਯਾਨੀ 9 ਮਹੀਨੇ 9 ਦਿਨਾਂ ਦੀ ਹੈ ਜੀ 9 ਮਹੀਨੇ 9 ਦਿਨ ਦੇ ਵਿੱਚ ਜਿਹੜੀ ਗੋਵਾਂਸ਼ ਹੈ ਗਾਂ ਇਹ ਆਪਣਾ ਪ੍ਰੈਗਨੈਂਸੀ ਪੀਰੀਅਡ ਪੂਰਾ ਕਰ ਲੈਂਦੀ ਹੈ ਜੀ ਇਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਮੱਝਾਂ ਬਾਰੇ ਤਾ ਮੱਝ ਦਾ ਔਸਤ ਪ੍ਰੈਗਨੈਂਸੀ ਪੀਰੀਅਡ ਗਰਭਕਾਲ 10 ਮਹੀਨੇ 10 ਦਿਨ ਦਾ ਹੁੰਦਾ ਹੈ ਜੀ 10 ਮਹੀਨੇ 10 ਦਿਨ ਦੇ ਵਿੱਚ ਮੱਝ ਦਾ ਔਸਤ ਗਰਭਕਾਲ ਪੂਰਾ ਹੋ ਜਾਂਦਾ ਹੈ ਜੀ ਜ ਜਿਹਨੂੰ ਆਪਾਂ 310 ਦਿਨ ਵੀ ਕਹਿ ਸਕਦੇ ਹਾਂ ਜੀ 310 ਦਿਨਾਂ ਚ ਮੱਝ ਦਾ ਔਸਤ ਗਰਭਕਾਲ ਪੂਰਾ ਹੋ ਜਾਂਦਾ ਹੈ ਜੀ ਇਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਘੋੜੀ ਬਾਰੇ ਜੀ ਤਾਂ ਘੋੜੀ ਦਾ ਔਸਤ ਗਰਭਕਾਲ ਦਾ ਜਿਹੜਾ ਸਮਾਂ ਹੈ ਜੀ ਉਹ 11 ਮਹੀਨੇ 11 ਦਿਨ ਹੁੰਦਾ ਹੈ ਜੀ 140 ਦਿਨ ਜਿਹੜਾ ਕੁੜੀ ਦਾ ਔਸਤ ਗਰਭਕਾਲ ਦਾ ਸਮਾਂ ਹੁੰਦਾ ਜੀ ਇਸ ਤੋਂ ਬਾਅਦ ਭੇਡ ਦਾ ਜਿਹੜਾ ਔਸਤ ਸਮਾਂ 145 ਤੋਂ ਲੈ ਕੇ 155 ਦਿਨ ਜਾਨੀ 5 ਮਹੀਨੇ 5 ਦਿਨ ਮੰਨਿਆ ਜਾਂਦਾ ਜੀ ਇਸ ਤੋਂ ਬਾਅਦ ਬੱਕਰੀ ਬਾਰੇ ਆਪਾਂ ਗੱਲ ਕਰੀਏ ਬੱਕਰੀ ਦਾ ਔਸਤ ਗਰਭਕਾਲ ਦਾ ਸਮਾਂ 5 ਮਹੀਨੇ 5 ਦਿਨ ਹੁੰਦਾ ਜੀ ਬੱਕਰੀ ਅਤੇ ਭੇਡ ਦੇ ਵਿੱਚ 5 ਦਿਨ ਵੱਧ ਤੇ 5 ਦਿਨ ਘੱਟ ਕੀਤੇ ਜਾ ਸਕਦੇ ਜਾਨੀ 145 ਦਿਨਾਂ ਤੋਂ ਲੈ ਕੇ 155 ਦਿਨਾਂ ਤੱਕ ਦਾ ਜਿਹੜਾ ਔਸਤ ਸਮਾਂ ਪੇਡ ਤੇ ਬੱਕਰੀ ਦਾ ਇਹ ਗਰਭਕਾਲ ਮੰਨਿਆ ਜਾਂਦਾ ਜੀ ਜੇ ਆਪਾਂ ਗੱਲ ਕਰੀਏ ਫੀਮੇਲ ਡੌਗ ਬਾਰੇ ਜੀ ਕੁੱਤੀਆ ਬਾਰੇ ਤਾਂ ਇਹਦਾ ਜਿਹੜਾ ਪ੍ਰੈਗਨੈਂਸੀ ਪੀਰੀਅਡ ਹੈ ਗਰਭਕਾਲ ਹੈ ਜੀ ਇਹ 60 ਤੋਂ ਲੈ ਕੇ 62 ਦਿਨ ਦਾ ਹੁੰਦਾ ਜੀ 2 ਦਿਨ ਉੱਤੇ ਥੱਲੇ ਹੋ ਸਕਦੇ ਜੀ ਜੇ ਆਪਾਂ ਗੱਲ ਕਰੀਏ ਸੂਰੀ ਬਾਰੇ ਫੀਮੇਲ ਪਿਗ ਬਾਰੇ ਤਾਂ ਉਹਦਾ ਗਰਭਕਾਲ ਹੁੰਦਾ ਜੀ 3 ਮਹੀਨੇ 3 ਹਫਤੇ 3 ਦਿਨ ਜੀ ਜਿਹਨੂੰ ਆਪਾਂ 114 ਦਿਨ ਔਸਤ ਮੰਨ ਸਕਦੇ ਹਾਂ ਜੀ ਜੇ ਆਪਾਂ ਗੱਲ ਕਰੀਏ ਜੀ ਉਠਣੀ ਦੇ ਗਰਭਕਾਲ ਬਾਰੇ ਤਾਂ ਉਠਣੀ ਦਾ ਜਿਹੜਾ ਗਰਭਕਾਲ ਹੈ ਇਹ 1 ਸਾਲ 1 ਮਹੀਨਾ 1 ਹਫਤਾ ਮੰਨਿਆ ਜਾਂਦਾ ਜੀ ਰਾਜਸਥਾਨ ਦੇ ਬਹੁਤ ਸਾਰੇ ਹਿੱਸਿਆਂ 'ਚ ਉਠ ਬਹੁ ਵੱਡੀ ਮਾਤਰਾ 'ਚ ਪਾਈ ਜਾਂਦੇ ਜੀ ਤਾਂ ਉਠਣੀ ਦਾ ਜਿਹੜਾ ਔਸਤ ਪ੍ਰੈਗਨੈਂਸੀ ਪੀਰੀਅਡ ਹੈ ਜੀ ਇਹ 1 ਸਾਲ 1 ਮਹੀਨਾ 1 ਹਫਤਾ ਮੰਨਿਆ ਜਾਂਦਾ ਜੀ ਇਸ ਤੋਂ ਬਾਅਦ ਆਪਾਂ ਗੱਲ ਕਰੀਏ ਹੱਥਣੀ ਬਾਰੇ ਤਾਂ ਹੱਥਣੀ ਦਾ ਪ੍ਰੈਗਨੈਂਸੀ ਪੀਰੀਅਡ ਜਿਹੜਾ ਹੈ ਜੀ ਉਹ 20 ਤੋਂ 22 ਮਹੀਨੇ ਮਨੈਂਦੇ 20 ਤੋਂ 22 ਮਹੀਨੇ ਜਿਹੜਾ ਔਸਤ ਗਰਭਕਾਲ ਦਾ ਸਮਾਂ ਜੀ ਇਸੇ ਤਰ੍ਹਾਂ ਜੇ ਆਪਾਂ ਗੱਲ ਕਰੀਏ ਮਾਨਵ ਜਾਤੀ 'ਚ ਤਾਂ ਔਰਤ ਦਾ ਜਿਹੜਾ ਪ੍ਰੈਗਨੈਂਸੀ ਪੀਰੀਅਡ ਹੈ ਜੀ 263 ਦਿਨ ਦੇ ਲਗਭਗ ਮੰਨਿਆ ਜਾਂਦਾ ਜੀ ਜਿਹੜਾ ਔਸਤ ਪ੍ਰੈਗਨੈਂਸੀ ਪੀਰੀਅਡ ਹੁੰਦਾ ਇਹ ਜਿਹੜੇ ਤੁਹਾਨੂੰ ਜਿੰਨੇ ਵੀ ਔਸਤ ਪ੍ਰੈਗਨੈਂਸੀ ਪੀਰੀਅਡ ਬਾਰੇ ਦੱਸਿਆ ਜੀ ਇਹਦੇ ਵਿੱਚ 5 ਦਿਨ ਪਲੱਸ ਮਾਈਨਸ ਹੋ ਸਕਦੇ ਆ ਉਹ ਡਿਪੈਂਡ ਕਰਦੇ ਆ ਜੀ ਬੱਚੇ ਦੀ ਗ੍ਰੋਥ ਤੇ ਕੰਕਾਲ ਦੇ ਸਾਈਜ਼ ਤੇ ਯਾਨੀ ਬੱਚੇ ਦੀ ਗ੍ਰੋਥ ਜੇ ਜ਼ਿਆਦਾ ਹੈ ਤਾਂ ਦਿਨ 5-7 ਘੱਟ ਵੀ ਹੋ ਸਕਦੇ ਜੀ ਅਗਰ ਬੱਚੇ ਦੀ ਗ੍ਰੋਥ ਨਾਰਮਲ ਹੈ ਜਾਂ ਵੀਕ ਹੈ ਤਾਂ 5-7 ਦਿਨ ਵੱਧ ਵੀ ਹੋ ਸਕਦੇ ਜੀ ਜੇ ਆਪਾਂ ਗੱਲ ਕਰੀਏ ਜਰਸੀ ਨਸਲ ਦੀ ਗਾਂ ਦੀ ਤਾਂ ਜਰਸੀ ਨਸਲ ਦਾ ਜਿਹੜਾ ਆਫਤ ਗਰਭਕਾਲ ਦਾ ਸਮਾਂ 289 ਦਿਨ ਹੁੰਦਾ ਜੀ ਜੇ ਆਪਾਂ ਗੱਲ ਕਰੀਏ ਹੁਲਸਤਨ ਗਾਂ ਦੀ ਤਾਂ ਹੁਲਸਤਨ ਗਾਂ ਦਾ ਆਫਤ ਪ੍ਰੈਗਨੈਂਸੀ ਪੀਰੀਅਡ ਦਾ ਸਮਾਂ 281 ਦਿਨ ਹੁੰਦਾ ਜੀ ਜੇ ਆਪਾਂ ਗੱਲ ਕਰੀਏ ਸਾਈਵਾਲ ਨਸਲ ਦੀ ਤੋ ਸਹੀਵਾਲ ਨਸਲ ਦਾ ਆਫਸਟ ਪ੍ਰੈਗਨੈਂਸੀ ਪੀਰੀਅਡ 285 ਦਿਨ ਹੁੰਦਾ ਜੀ ਥਾਰ ਪਾਰਕਰ ਨਸਲ ਦਾ ਆਫਸਟ ਪ੍ਰੈਗਨੈਂਸੀ ਪੀਰੀਅਡ 287 ਦਿਨ ਦਾ ਹੁੰਦਾ ਜੀ ਗਿਰ ਨਸਲ ਦਾ ਪ੍ਰੈਗਨੈਂਸੀ ਪੀਰੀਅਡ 284 ਦਿਨ ਦਾ ਹੁੰਦਾ ਜੀ ਹਰਿਆਣਾ ਨਸਲ ਦਾ ਪ੍ਰੈਗਨੈਂਸੀ ਪੀਰੀਅਡ 288 ਦਿਨ ਦਾ ਹੁੰਦਾ ਜੀ ਰਾਠੀ ਨਸਲ ਦਾ ਪ੍ਰੈਗਨੈਂਸੀ ਪੀਰੀਅਡ 288 ਦਿਨ ਦਾ ਹੁੰਦਾ ਜੀ ਕੰਕਰੇਜ ਨਸਲ ਦਾ ਪ੍ਰੈਗਨਨਸੀ ਪੀਰੀਅਡ 289 ਦਿਨ ਦਾ ਹੁੰਦਾ ਜੀ ਜੇ ਐਸੀ ਤਰ੍ਹਾਂ ਗੱਲ ਕਰੀਏ ਮੱਝਾਂ ਚ ਤਾਂ ਮੁਰਰਾ ਨਸਲ ਦੀ ਮੱਝ ਦਾ ਔਸਤ ਪ੍ਰੈਗਨਨਸੀ ਟਾਈਮ 310 ਦਿਨ ਹੁੰਦਾ ਜੀ ਸੂਰਤੀ ਮੱਝ ਦਾ ਪ੍ਰੈਗਨਨਸੀ ਟਾਈਮ 313 ਦਿਨ ਹੁੰਦਾ ਜੀ ਨਾਗਪੂਰੀ ਮੱਝ ਦਾ ਔਸਤ ਪ੍ਰੈਗਨਨਸੀ ਟਾਈਮ 305 ਦਿਨ ਹੁੰਦਾ ਜੀ ਤਾਂ ਇਹ ਜਾਣਕਾਰੀ ਸੀਗੀ ਜੀ ਔਸਤ ਪਸ਼ੂਆਂ ਦੇ ਗਰਭਕਾਲ ਬਾਰੇ ਇਹਦੇ ਵਿੱਚ 5 ਦਿਨ 10 ਦਿਨ ਉੱਪਰ ਥੱਲੇ ਵੀ ਹੋ ਸਕਦੇ ਆ ਪਰ ਇਹ ਜਿਆਦਾਤਰ ਪਸ਼ੂਆਂ ਦਾ ਔਸਤ ਪ੍ਰੈਗਨੈਂਸੀ ਟਾਈਮ ਹੁੰਦਾ ਜੀ ਜ ਜਿਹਦੇ ਵਿੱਚ ਪਸ਼ੂ ਨਿਸ਼ੇਚਣ ਤੋਂ ਲੈ ਕੇ ਨਵਜਾਤ ਦੇ ਜਨਮ ਤੱਕ ਦੀ ਪ੍ਰਕਿਰਿਆ ਪੂਰੀ ਕਰ ਲੈਂਦਾ ਜੀ ਐਸੇ ਤਰ੍ਹਾਂ ਦੀਆਂ ਹੋਰ ਨੌਲੇਜ ਵਾਲੀਆਂ ਵੀਡੀਓ ਦੇਖਣ ਵਾਸਤੇ ਸਾਨੂੰ ਸਪੋਰਟ ਕਰੋ ਜੀ ਸਾਨੂੰ YouTube ਤੇ ਗਰੋ ਕਰਨ ਦੇ ਵਿੱਚ ਹੈਲਪ ਕਰੋ ਜੀ ਧੰਨਵਾਦ ਸਤਿ ਸ੍ਰੀ ਅਕਾਲ ਜੀ